फिर उस बाद मैं जो उसने कैसी गल कहती बस फिर उस तो बाद सिलबट्टियां ला ला के गुस्से च उठ खड़े। हां जी सत श्री अकाल जी सारे नु। अज मंगलवार है, गैस करो असि कि दसांगे नी, असि पहुंच के दिखावांगे। अद तक तुसी कमेंटा च गैस करो वी असि कित्थे चले आ। ओके बेल्ट लाओ पहला। आज मंगलवार है, तोते को बुखार है, तोता गया डॉक्टर के पास, डॉक्टर ने लगाई सुई, तोता करदा उई उई। थोड़ा जा भूल गई है बच्चे। लाइक कर दे इहदे कविता नू, ठीक है? थोड़ा जा भूल गई है अजकुली। लाइक बहुत वधिया हुंदा सीगा। लाइक हर कविता प्लीज। ओके ਆਪਾਂ ਮੰਦਿਰ ਦੇ ਸਾਹਮਣੇ ਆ ਗਏ ਗਾਇਸ। ਉਧਰ ਇੰਨੀ ਜਗ੍ਹਾ ਪਈ ਹੈ। ਮੈਂ ਜਿਮ ਜਾਣ ਲੱਗ ਗਿਆ ਔਰ ਮੈਂ ਦੁਪਹਿਰੇ ਸੌਣ ਲੱਗ ਗਿਆ। ਓਕੇ ਦੁਪਹਿਰੇ ਸੌ ਕੇ ਥੋੜੀ ਐਨਰਜੀ ਆ ਜਾਂਦੀ ਹੈ। ਅੱਜ ਘੱਟ ਸੋਇਆ ਹੋਇਆ ਸੀ, ਕੱਲ ਜ਼ਿਆਦਾ ਸੋਇਆ ਸੀ। ਕੱਲ ਸੋਇਆ ਸੀ ਮੈਂ 1-5, ਅੱਜ 3-4। ਅੱਜ ਸੌਣ ਤੋਂ ਪਹਿਲਾਂ ਹੋ ਗਈ ਪਹਿਲਾਂ ਜੋਤ ਕਹਿੰਦੇ ਚੱਲ ਪ੍ਰੀਤ ਸੋਈਏ, ਜੋਤ ਦੀ ਨਾ ਆਦਤ ਹੈ ਮਤਲਬ ਮੇਰੇ ਤੋਂ ਨਾ ਬੈਲੈਂਸ ਸੌਣ ਤੋਂ ਪਹਿਲਾਂ ਐਵੇਂ ਕਰਵਾਉਂਦੇ ਨੇ, ਕਿੰਨੀ ਦੇਰ 5-10 ਮਿੰਟ ਫਿਰ ਜਾ ਕੇ ਸੌਂਦੇ ਨੇ ਹਨਾ। ਫਿਰ ਉਸ ਤੋਂ ਬਾਅਦ ਮੈਂ ਜੋਤ ਨੂੰ ਕੈਸੀ ਗੱਲ ਕਹਿਤੀ ਬਸ ਫਿਰ ਉਸ ਤੋਂ ਬਾਅਦ ਉਸ ਬੱਟੀਆਂ ਲੈ ਲੈ ਕੇ ਗੁੱਸੇ 'ਚ ਉੱਠ ਕੇ ਟੈਬ ਚੱਕ ਲਿਆ, ਪਬਜੀ ਖੇਡਣ ਲੱਗੇ। ਮੈਂ ਤੁਹਾਨੂੰ ਕੀ ਹੋ ਗਿਆ, ਮੈਂ ਇੰਨਾ ਮਨਾਇਆ ਵੀ ਮੈਂ ਇਹ ਚੀਜ਼ ਤੋਂ ਕੋਈ ਗੱਲ ਵੀ ਨਹੀਂ ਕਹੀ। ਫਿਰ ਉਸ ਤੋਂ ਬਾਅਦ ਜਦ ਕਿ ਤੁਸੀਂ ਕੱਲ੍ਹ ਪ੍ਰੋਮਿਸ ਲਿਆ ਸੀ, ਵੈਸੇ ਗੁੱਸੇ ਨਹੀਂ ਹੋਏ, ਡਾਂਟਿਆ ਨਹੀਂ, ਤੁਸੀਂ ਕੁਛ ਨਹੀਂ ਕਿਹਾ। ਮੈਂ ਕੁਛ ਨਹੀਂ ਬੋਲਿਆ, ਮੈਂ ਪ੍ਰੋਮਿਸ ਕੀਤਾ ਹੈ ਮਤਲਬ ਇਹਨੂੰ ਵੀ ਮੈਂ ਗੁੱਸਾ ਨਹੀਂ ਕਰਿਆ ਕਰੂੰਗਾ ਬਿਲਕੁਲ ਵੀ, ਮਤਲਬ ਨਾ ਮੰਮਾ ਨੂੰ ਨਾ ਮੈਨੂੰ ਕਿਸੇ ਨੂੰ ਵੀ ਨਹੀਂ। ਉੱਚੀ ਆਵਾਜ਼ ਦਾ ਬੋਲਣਾ ਹੀ ਨਹੀਂ, ਮਤਲਬ ਉੱਚੀ ਆਵਾਜ਼ ਮਤਲਬ ਗੁੱਸੇ 'ਚ ਬੋਲਣਾ ਹੀ ਨਹੀਂ। ਇਹ ਚੁੱਪ ਹੀ ਕਰ ਗਏ ਜਮਾ, ਚੁੱਪ ਕਰ ਗਿਆ, ਕੁਛ ਨਹੀਂ ਬੋਲੇ, ਮੈਂ ਸ਼ਾਂਤ ਹੋ ਗਿਆ ਬਿਲਕੁਲ। ਮੈਂ ਵੀ ਹੈਡ ਅ ਫਾਈਟ ਬਟ ਵਿਦਆਊਟ ਉੱਚੀ ਆਵਾਜ਼, ਵਿਦਆਊਟ ਰੇਜ਼ਿੰਗ ਦਾ ਵੌਇਸ। ਓਕੇ ਫਿਰ ਉਸ ਤੋਂ ਬਾਅਦ ਨਾ ਬੜੀ ਦੇਰ ਮਨਾਇਆ ਮਨਾਇਆ, ਮੈਂ ਠੀਕ ਆ ਫਿਰ ਨਹੀਂ ਮੰਨਣਾ ਨਾ ਸੀ, ਮੈਨੂੰ ਤਾਂ ਫਿਰ ਪਤਾ ਹੀ ਲੱਗਿਆ ਮੈਂ ਕਦੋਂ ਸੌ ਗਈ, ਉਹਦੀ ਪਤਾ ਲੱਗਿਆ ਅੱਖ ਵਿੱਚ ਦੀ ਅੱਖ ਖੁੱਲੀ, ਦੇਖਿਆ ਆਪ ਵੀ ਸੁੱਤੇ ਪਏ ਨੇ ਆਰਾਮ ਨਾਲ ਟੈਬ ਰੱਖ ਕੇ। ਇਹਨੂੰ ਕਿਹੜਾ ਫਰਕ ਪੈਂਦਾ ਹੈ? ਮੰਦਿਰ ਬਟ ਵੀ ਵਿਲ ਸ਼ੋ ਯੂ, ਦਰਸ਼ਨ ਕਰਾ ਦੇਂਗੇ ਹਮ ਬਟ ਬੋਲੇਂਗੇ ਨਹੀਂ ਕਿਉਂਕਿ ਅੰਦਰ ਮੈਨੂੰ ਨਹੀਂ ਪਤਾ ਵੀਡੀਓ ਬਣਾਉਣੇ ਦੇਂਗੇ ਨਹੀਂ ਬਣਾਉਣੇ ਦੇਂਗੇ ਬਟ ਮੈਂ ਵੀਡੀਓਜ਼ ਬਣਾ ਲੂੰਗਾ ਬੋਲੂੰਗਾ ਨਹੀਂ। ਓਕੇ ਜਿਵੇਂ ਛੋਟੇ ਬੱਚੇ ਕਰਦੇ ਆ ਚ ਹੋਲ ਕਰਕੇ ਨਾ ਕਰਕੇ ਪਿਚਕਾਰੀ ਮਾਰ ਕੇ ਪਾਣੀ ਪਾ ਦੂੰ ਐਂਡ ਐਵੇਂ ਛੋਟੇ ਬੱਚੇ ਆ ਨਾ ਉਹ ਆ ਰਿਹਾ, ਛੋਟੇ ਬੱਚੇ ਲਈ ਹਰਕਤ ਕਰਨ ਨੂੰ ਜੀ ਕਰ ਰਿਹਾ, ਜਿੱਥੇ ਜਿਵੇਂ ਬੱਚੇ ਬਚਪਨ ਚ ਕਰਦੇ ਹੁੰਦੇ ਸੀਗੇ ਨਾ ਆਪਾਂ ਖੇਡਦੀ ਰਹੀ ਹੈ ਮੇਰੇ ਛੋਟੇ ਹੁੰਦੇ ਜੋ ਤਾਂ ਆਪਾਂ ਬੱਚੇ ਮਤਲਬ ਜੋ ਛੋਟੇ ਤੁਸੀਂ ਵੀ ਤਾਂ ਕਰਦੇ ਹੋਵੋਗੇ ਬੱਚੇ ਵਾਲੀ। ਮੈਂ ਛੋਟਾ ਹੈ ਹੀ ਨਹੀਂ ਸੀ, ਨੋਟੀ ਹਰਕਤ, ਮੈਂ ਛੋਟਾ ਹੈ ਹੀ ਨਹੀਂ ਸੀ, ਪੈਦਾ ਹੀ ਬੜੇ ਹੋਏ ਸੀਗੇ ਮੈਨੂੰ। ਮੈਂ ਓਏ ਲਾਈਟ ਜਲਦੀ ਰਹਿ ਗਈ, ਬੋਲ ਕੇ ਦੱਸ ਦਈਏ।
हाँ जी मत टेक लिया दस दिन की कह रही है इधर खिड़की कह रही है गड्डी की और रौला अंदर जाके दस दा मैं हूं पता लगे यार फ्रंट कैमरा सोहना है दिखाओ सेम स्टोरी बंद हो गया जी व्लॉग सो मैं तुम दसन वाला सीगा भी प्रीति की कह रही सी कई गड्डिया ने पिछे खुली हुई सी खिड़की शीशा खुला हुआ सी पूछ रही सी क्यों क्यों पूछ रही सी मैं पता नहीं मैं गला खोल के भूल गया हीट कर सॉरी बंद करना भूल गया खोल के भूल गया वही सेम है हीट करके भी हीट ना पैदा हो गया अंदर फिर गड्डी गर्म हो जाती है सो बस यानी तो पहन ही तो पता है ही नहीं यार छा हो गया अंता तेरे वास्ते एक सरप्राइज है आ गई है मेरे लिए अवार्ड गोज टू नोटिस करन दा इनू गिफ्ट दो पहला छेती गिफ्ट कोई नहीं सरप्राइज है थोड़ा जा फ्रंट कैमरा ऑन करो दूजी करे जाके मिलूगा करे जाके क्यों हुन क्यों ने पिज़्ज़ा खाना कैसे रहेगा आपके लिए बारला बहुत अवॉइड कर रहे अज कल बारला खाना टोटली बंद करता हो वन मंथ हो गया है बट हूं कह रहे की पिज्जा तो मिलिया नी एंड फोन किया आज आया नी शायद बाकी नेटवर्क प्रॉब्लम सी मैनू ज्यादा सुनिया भी नहीं सो हुण चलदे आपां पिज्जा कैंसल हो गया बस स्प्रिंग रोल खाने जाके मैं अंदर बढ़ ली गड्डी ना ना चलाली फिर ब्लॉग बंद हो जाएगा गर्म है चलो यार मैंने भी भुख लग रही ठीक है मैं भी खा ला घर जाके मिलेंगे ओके ये व्लॉग कंटिन्यू करा कल कि हम व्लॉग थोड़ा लंबा बनावेंगे दो दिन का एक व्लॉग सो जिमें तुम देखा भी मैं हमने जिम तो आया वैसे प्रीत पाठ कर रही है और अभी अपनी
ਰੂਟੀਨ ਫਿਰ ਸੈੱਟ ਕਰ ਲਈ ਹੈ। ਪ੍ਰੀਤ ਵੀ ਨਾਲ ਹੀ ਉੱਠਦੇ ਆ ਮੇਰੇ 5:30 ਵਜੇ, 5:30 ਨਹੀਂ ਮਤਲਬ ਮੈਂ 4:30 ਉੱਠਦਾ, ਪ੍ਰੀਤ 5:00 ਉੱਠਦੀ ਹੈ ਅਤੇ ਮੈਂ ਜਾਂਦਾ ਉਹਨਾਂ ਨੂੰ ਉਠਾ ਲੈ ਜਾਂਦਾ ਉਹਨਾਂ, ਅਤੇ ਉਹ ਨਹਾ ਧੋ ਕੇ ਸਵੇਰੇ ਸਵੇਰੇ ਪਾਠ ਕਰਦੀ ਹੈ। ਮੈਂ ਜਿਮ ਜਾਂਦਾ ਤਾਂ ਅਰਲੀ ਉੱਠ ਕੇ ਥੋੜ੍ਹਾ ਬੈਟਰ ਲੱਗਦਾ, ਬੈਟਰ ਫੀਲ ਹੁੰਦਾ, ਕਿਉਂਕਿ ਅਗਰ ਸਵੇਰੇ ਉੱਠ ਜਾਓ ਨਾ, ਫੈਕਟ ਦੱਸ ਰਿਹਾ ਫੀਲਿੰਗ ਨਹੀਂ ਫੈਕਟ ਦੱਸ ਰਿਹਾ, ਵੀ ਅਗਰ ਸਵੇਰੇ ਸਵੇਰੇ ਉੱਠ ਜਾਓ ਤਾਂ ਦਿਨ ਲੰਬਾ ਲੱਗਦਾ, ਮਤਲਬ ਅਗਰ 5:00 ਉੱਠ ਜਾਓ ਤਾਂ ਦਿਨ ਲੰਬਾ ਲੱਗਦਾ ਵੀ ਹਾਂ ਯਾਰ 12:00 ਵੀ ਐਵੇਂ ਲੱਗਦਾ, ਅੱਧਾ ਦਿਨ ਹਾਲੇ 12:00 ਨੇ ਯਾਰ। ਬਟ ਜਦੋਂ ਲੇਟ ਉੱਠੋ, 10:00 ਉੱਠੋ, 11:00 ਉੱਠੋ, ਜਿਵੇਂ ਮੈਂ ਉੱਠ ਰਿਹਾ ਸੀ ਪਿਛਲੇ ਮਹੀਨੇ ਤੋਂ, 1.5 ਮਹੀਨੇ ਤੋਂ, ਉਦੋਂ ਐਵੇਂ ਲੱਗਦਾ ਵੀ ਯਾਰ 10:00 ਉੱਠ ਕੇ ਮਿੰਟ 'ਚ 3 ਵੱਜ ਜਾਂਦੇ ਸੀਗੇ, ਮਿੰਟ 'ਚ ਕੋਈ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਸੀਗਾ। ਬਟ ਹੁਣ ਦਿਨ ਕਾਫੀ ਲੰਬਾ ਹੋਇਆ, ਵੈਸੇ ਵੀ ਗਰਮੀ ਦੇ ਦਿਨ ਆਏ ਹੋਏ ਨੇ, ਵੈਸੇ ਵੀ ਵੱਡੇ ਹੁੰਦੇ ਨੇ ਦਿਨ, ਸੋ ਪ੍ਰੋਡਕਟਿਵ ਦਿਨ ਬਣ ਜਾਂਦਾ ਸਾਜਰੇ ਉੱਠ ਕੇ, ਠੀਕ ਆ। ਬਾਕੀ ਸਾਜਰੇ ਉੱਠਿਆ ਕਰੋ ਸਾਰੇ, ਕੋਸ਼ਿਸ਼ ਕਰਿਆ ਕਰੋ, ਜਿਹੜੇ ਨਹੀਂ ਉੱਠ ਸਕਦੇ, ਚਲੋ ਸਮਝਦਾ ਲੇਟ ਸੌਂਦੇ ਨੇ, ਬਟ ਮੈਂ ਵੀ ਕੋਸ਼ਿਸ਼ ਕਰ ਰਿਹਾ ਵੀ 9 ਵਜੇ ਸੋ, 10:00 ਸੋਇਆ ਕਰਨਾ, ਬਟ 11:00 ਜਾਂਦੇ ਹਲੇ, ਬਟ ਹੋਲੀਡੇ 10:00 ਸੋ ਕੇ 4 ਵਜੇ ਜਾ ਕਰਾਂਗੇ, ਕਿਉਂਕਿ 6 ਘੰਟੇ ਨੀਂਦ ਜ਼ਰੂਰੀ ਹੁੰਦੀ ਹੈ, ਹਲੇ 5 ਘੰਟੇ ਦੀ ਮਿਲ ਰਹੀ ਹੈ, ਅੱਛਾ 4.5 ਘੰਟੇ 5 ਘੰਟੇ ਦੀ, ਬਟ ਕੋਈ ਨਹੀਂ ਹੋਲੀ ਲਈ ਰੂਟੀਨ ਸੈੱਟ ਕਰ ਲਾਂਗੇ। ਅਤੇ ਮੌਸਮ ਬਾਹਰ ਬਹੁਤ ਸੋਹਣਾ ਹੋਇਆ, ਮੀਂਹ ਪੈ ਕੇ ਹਟਿਆ ਵੈਸੇ, ਬਟ ਹੁਣ ਧੁੱਪ ਆ ਗਈ ਹੈ, ਮੇਰੇ ਫੇਸ 'ਤੇ ਦੇਖ ਸਕਦੇ ਹੋ ਤੁਸੀਂ, ਦੇਖੋ 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 ਬੱਦਲ ਦੇਖੋ ਤੁਸੀਂ ਯਾਰ। ਮੈਂ ਜਿਮ 'ਚ ਨਾ ਉਦੋਂ ਲੋਕੇਸ਼ਨ ਬੜੀ ਪਿਆਰੀ ਜਿਮ ਦੀ, ਆ ਗਿਆ ਪ੍ਰੀਤਾ ਪਾਠ ਕਰਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ। ਅੱਖਾਂ ਵੀ ਨਹੀਂ ਖੁੱਲ ਰਹੀਆਂ, ਦੇਖਿਓ ਮੀਂਹ 'ਚ ਧੁੱਪ ਪਈ ਜਾਂਦੀ ਹੈ। ਮੀਂਹ 'ਚ ਧੁੱਪ 'ਚ ਮੀਂਹ ਪਈ ਜਾਂਦਾ, ਇਹਦੇ ਕਹਿਣ ਦਾ ਮਤਲਬ ਇਹ ਮੀਂਹ ਦੇ ਯੋਗ ਦੁਆਰਾ ਯਾਰ, ਮੈਂ ਹੁਣ ਦਿਖਾਇਆ ਸੀ ਮੀਂਹ ਹਟ ਗਿਆ ਸੀ, ਆਹ ਦੇਖੋ ਮੀਂਹ ਦੁਆਰਾ ਸਟਾਰਟ ਹੋ ਗਿਆ, ਪਰ ਯਾਰ ਗਰਮੀ ਦਾ ਮੀਂਹ ਹੁੰਦਾ ਨਾ ਜਿਹੜਾ, ਉਹ ਸਕੂਨ ਦਿੰਦਾ ਥੋੜ੍ਹਾ ਜਿਹਾ। ਪਰ ਇਹ ਗੱਲ ਤਾਂ ਹਾਂ, ਇੱਕ ਗੱਲ ਅੱਛਾ ਮੀਂਹ ਪੈ ਰਿਹਾ, ਕਿਉਂਕਿ ਲੋਕਾਂ ਦੇ ਏਸੀ ਦਾ ਖਰਚਾ ਬਚ ਰਿਹਾ, ਨਹੀਂ ਤਾਂ ਫਿਰ ਦਿਨ ਰਿਸਪੌਂਸਿਬਲ ਵਾਈਫ ਵਾਂਗੂ ਟਾਕ ਕਰ ਰਹੀ ਹੁਣ, ਹੋਰ ਕੀ ਫਿਰ, ਨਹੀਂ ਤਾਂ ਫਿਰ ਬੰਦਾ ਨਾ ਏਸੀ ਦਿਨ ਰਾਤ ਏਸੀ ਲੰਦਾ। ਤੇ ਮੈਂ ਇਹਨਾਂ ਨੂੰ ਦੱਸ ਕੇ ਹਟਿਆ ਵੀ ਸਾਜਰੇ ਉੱਠ ਕੇ ਦਿਨ ਕਿੰਨਾ ਲੰਬਾ ਲੱਗਦਾ, ਕਾਫੀ ਜ਼ਿਆਦਾ ਹੈ ਨਾ ਅੱਜ ਕੁਲੀ, ਮਤਲਬ 12 ਤੋਂ ਇਹਨੇ ਮੈਨੂੰ ਐ ਲੱਗ ਰਿਹਾ 7:30 ਹੋ ਗਏ ਹੋਣੇ, ਤੇ ਮੈਂ ਟਾਈਮ ਦੱਸਣਾ ਭੁੱਲ ਗਿਆ ਸੀ, ਉਸ ਟਾਈਮ 7:30 ਸੀ, ਮੈਂ 7:15 ਹੋਏ ਸੀ, ਉਸ ਟਾਈਮ 7:30 ਹੋਏ ਸੀ, ਇਸ ਟਾਈਮ ਵਲੌਗ ਬਣਾ ਰਿਹਾ ਸੀਗਾ, ਸੋ ਵੀ ਗੈਟ ਅਪ ਅਰਲੀ ਵੀ ਵਰਕ ਅਰਲੀ, ਇਹ ਸਾਡਾ ਕੰਮ ਹੀ ਹੈ ਜਿਹੜਾ ਅਸੀਂ ਕਰਦੇ ਹਾਂ ਸਾਜਰੇ, ਓਕੇ। ਤੇ ਥੋੜ੍ਹਾ ਕੰਫੀਡੈਂਸ ਲਿਆ ਕੇ ਜਿਮ 'ਚ ਵੀ ਸਟਾਰਟ ਕਰ ਲਿਆ ਕਰਾਂਗੇ ਵਲੌਗ ਥੋੜ੍ਹਾ ਬਹੁਤਾ, ਠੀਕ ਆ, ਠੀਕ ਆ, ਓਕੇ। ਤੇ ਅਸੀਂ ਹੁਣ ਮੰਦਰ ਜਾਣਾ, ਮੋਰਨਿੰਗ ਹਾਰੀ ਸੋਹਣੇ ਲੱਗਦੇ ਨੇ ਯਾਰ, ਅਸੀਂ ਚੱਲਣਾ ਤੇ ਅਸੀਂ ਮੰਦਰ ਜਾਣਾ, ਗੱਡੀ ਜਾਣਾ ਪਏਗਾ ਸ਼ਾਇਦ, ਜੇ ਮੀਂਹ ਰੁਕ ਗਿਆ ਬਾਈਕ ਬਾਹਰ ਹੀ ਖੜਾ, ਬਾਈਕ 'ਤੇ ਚੱਲ ਜਾਵਾਂਗੇ, ਬਟ ਗੱਡੀ ਚੱਲ ਜਾਵਾਂਗੇ ਜੇ ਨਹੀਂ ਰੁਕਿਆ। ਮੰਦਰ ਜਾਣਾ ਜ਼ਰੂਰੀ ਹੈ, ਓਕੇ। ਮਿਲਦੇ ਆਪਾਂ ਹੁਣ ਮੰਦਰ 'ਚ, ਤੁਹਾਡੇ ਦਰਸ਼ਨ ਕਰਾ ਕੇ ਵਲੌਗ ਨੂੰ ਐਂਡ ਕਰਾਂਗੇ, ਓਕੇ। ਮੀਂਹ ਪੈਣਾ ਸਟਾਰਟ ਹੋ ਗਿਆ ਦੁਬਾਰਾ, ਤੁਸੀਂ ਕਣੀਆਂ ਦੇਖ ਸਕਦੇ ਹੋ ਕਿਵੇਂ ਦਿਖਣਗੀਆਂ, ਦੂਜੀ ਤੀਜੀ ਵਾਰ ਦੁਬਾਰਾ ਸਟਾਰਟ ਹੋਇਆ, ਪਹਿਲਾਂ ਤਾਂ ਬੰਦ ਹੋ ਗਿਆ ਸੀ, ਫਿਰ ਦੁਬਾਰਾ ਸਟਾਰਟ ਹੋ ਗਿਆ। ਆ ਦੇਖੋ ਕਣੀਆਂ, ਆ ਦੇਖੋ, ਓਕੇ, ਖਾਂਟੀ ਚਲੋ ਹੁਣ ਤੁਹਾਨੂੰ ਮੰਦਰ ਜਾ ਕੇ ਮਿਲਦੇ ਹਾਂ, ਓਕੇ। ਹਾਂਜੀ ਜਾ ਏ ਮੰਦਰ, ਲਓ ਟਿੱਕਾ, ਖੜ ਜਾ, ਚੰਦਨ ਦਾ, ਓਕੇ। ਚਲੋ ਆਪਾਂ ਵਲੌਗ ਐਂਡ ਕਰਦੇ ਹਾਂ ਉਰੇ, ਠੀਕ ਆ। ਜੇ ਤੁਹਾਨੂੰ ਵਲੌਗ ਵਧੀਆ ਲੱਗਿਆ, ਅਸੀਂ ਕੋਸ਼ਿਸ਼ ਕੀਤੀ ਹੈ ਪੂਰੇ 2 ਦਿਨਾਂ ਦਾ ਵਲੌਗ ਬਣਾ ਸਕੀਏ, 2 ਦਿਨ ਨਹੀਂ ਮਤਲਬ 1.5 ਦਿਨ, ਕੱਲ੍ਹ ਦੁਪਹਿਰ ਤੋਂ ਲੈ ਕੇ ਅੱਜ ਦੁਪਹਿਰ ਤੱਕ ਪੂਰਾ ਦਿਨ ਹੋ ਗਿਆ ਵੈਸੇ, ਬਟ ਤਰੀਕਾ 2 ਹੋ ਗਿਆ ਤਾਂ 2 ਦਿਨ ਦਾ ਇੱਕ ਵਲੌਗ। ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਦੱਬ ਦਿਓ, ਅਤੇ ਹੋਰ ਵਲੌਗ ਦੇਖਣ ਵਾਸਤੇ ਐਂ ਸਪੋਰਟ ਕਰਦੇ ਰਹੋ, ਪਿਆਰ ਦਿੰਦੇ ਰਹੋ, ਅਤੇ ਲਵ ਯੂ ਸਾਰਿਆਂ ਨੂੰ, ਮਿਲਦੇ ਹਾਂ।